ਪੰਜਾਬੀ ਪਾਠ ਪੁਸਤਕ ਪਾਠ 2 ਕਵਿਤਾ ਜਾਗੋ ਜਾਗੋ ਹੋਇਆ ਸਵੇਰਾ ਆਓ ਪਹਿਲਾਂ ਆਪਾਂ ਕਵਿਤਾ ਦਾ ਗਾਇਨ ਕਰਦੇ ਹਾਂ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਆਲਣਿਆਂ ਵਿੱਚ ਪੰਛੀ ਜਾਗੇ ਰੌਣਕ ਹੋਈ ਲਾਗੇ ਚਾਗੇ ਆਲਣਿਆਂ ਵਿੱਚ ਪੰਛੀ ਜਾਗੇ ਰੌਣਕ ਹੋਈ ਲਾਗੇ ਚਾਗੇ ਜਾਗ ਪਿਆ ਹੈ ਚਾਰ ਚੁਫੇਰਾ ਜਾਗੋ ਜਾਗੋ ਹੋਇਆ ਸਵੇਰਾ ਜਾਗ ਪਿਆ ਹੈ ਚਾਰ ਚੁਫੇਰਾ ਜਾਗੋ ਜਾਗੋ ਹੋਇਆ ਸਵੇਰਾ ਖੇਤਾਂ ਨੂੰ ਚੱਲ ਪਏ ਨਿਹਾਲੀ ਪਸ਼ੂਆਂ ਦੇ ਨਾਲ ਤੁਰ ਪਏ ਪਾਲੀ ਕੇਤਾਂ ਨੂੰ ਚਲ ਪਏ ਨੇ ਹਾਲੀ ਪਸ਼ੂਆਂ ਦੇ ਨਾਲ ਤੁਰ ਪਏ ਪਾਲੀ ਚਾਨਣ ਪਾਇਆ ਹਰ ਕਰ ਫੇਰਾ ਜਾਗੋ ਜਾਗੋ ਹੋਇਆ ਸਵੇਰਾ ਚਾਨਣ ਪਾਇਆ ਹਰ ਕਰ ਫੇਰਾ ਜਾਗੋ ਜਾਗੋ ਹੋਇਆ ਸਵੇਰਾ ਠੰਡੀ ਠੰਡੀ ਹਵਾ ਪਈ ਚੱਲੇ ਸੁੱਤੇ ਰਹਿਣਾ ਕਿੜੀ ਗਲੇ ਠੰਡੀ ਠੰਡੀ ਹਵਾ ਪਈ ਚੱਲੇ ਸੁੱਤੇ ਰਹਿਣਾ ਕਿਹੜੀ ਗੱਲੇ ਜਾਗੋ ਹੁਣ ਸੋ ਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਜਾਗੋ ਹੁਣ ਸੋ ਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਜਿਹੜਾ ਹੁਣ ਤੱਕ ਵੀ ਨਾ ਜਾਗੇ ਖੁਸ਼ੀ ਨਾ ਆਵੇ ਉਸਦੇ ਲਾਗੇ ਜਿਹੜਾ ਹੁਣ ਤੱਕ ਵੀ ਨਾ ਜਾਗੇ ਖੁਸ਼ੀ ਨਾ ਆਵੇ ਉਸ ਦੇ ਲਗੀ ਕੰਮ ਕਰੋ ਨਾ ਕਰੋ ਅਵੇਰਾ ਜਾਗੋ ਜਾਗੋ ਹੋਇਆ ਸਵੇਰਾ ਕੰਮ ਕਰੋ ਨਾ ਕਰੋ ਅਵੇਰਾ ਜਾਗੋ ਜਾਗੋ ਹੋਇਆ ਸਵੇਰਾ ਆਓ ਹੁਣ ਆਪਾਂ ਕਰਦੇ ਹਾਂ ਪਾਠ ਅਭਿਆਸ ਪਹਿਲਾ ਪ੍ਰਸ਼ਨ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਅਲਣਿਆਂ ਵਿੱਚ ਕੌਣ ਜਾਗੇ ਤਾਂ ਜਿਸ ਤਰ੍ਹਾਂ ਕਿ ਆਪਾਂ ਕਵਿਤਾ ਵਿੱਚ ਪੜਿਆ ਹੈ ਅਲਨੇਆਂ ਵਿੱਚ ਪੰਛੀ ਜਾਗੇ ਤਾਂ ਆਪਾਂ ਪੰਛੀ ਦੇ ਉੱਪਰ ਟਿਕ ਕਰਾਂਗੇ ਇਸ ਤੋਂ ਅਗਲਾ ਪ੍ਰਸ਼ਨ ਹੈ ਖੇਤਾਂ ਨੂੰ ਕੌਣ ਚੱਲ ਪਏ ਅਸੀਂ ਕਵਿਤਾ ਵਿੱਚ ਪੜਿਆ ਸੀ ਨਾ ਖੇਤਾਂ ਨੂੰ ਚੱਲ ਪਏ ਨਿਹਾਲੀ ਤਾਂ ਆਪਾਂ ਇੱਥੇ ਹਾਲੀ ਦੇ ਉੱਪਰ ਟਿੱਕ ਲਗਾਵਾਂਗੀ ਦੂਸਰਾ ਪ੍ਰਸ਼ਨ ਹੈ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ ਪਰੂ ਤਾਂ ਇੱਥੇ ਸਾਡੇ ਕੋਲ ਦੋ ਆਪਸ਼ਨ ਦਿੱਤੀਆਂ ਹੋਈਆਂ ਹਨ ਇਹਨਾਂ ਵਿੱਚ ਚੁਲਣਾ ਹੈ ਆਲਣਿਆ ਵਿੱਚ ਪੰਛੀ ਜਾਗੇ ਤਾਂ ਅਸੀਂ ਇੱਥੇ ਲਿਖਾਂਗੇ ਪੰਛੀ ਰੌਣਕ ਹੋਈ ਲਾਗੇ ਚਾਗੇ ਤਾਂ ਇੱਥੇ ਆਏਗਾ ਰੌਣਕ ਰੌਣਕ ਖੇਤਾਂ ਨੂੰ ਚਲ ਪਏ ਨਿਹਾਲੀ ਪਸ਼ੂਆਂ ਦੇ ਨਾਲ ਤੁਰ ਪਏ ਪਾਲੀ ਤਾਂ ਇੱਥੇ ਆਏਗਾ ਹਾਲੀ पशुआ दे तुर पे पाली जागो जागो होया सवेरा सूरज चढ़िया मिटियारा इत सवेरा सवेरा ਸਵੇਰਾ ਸੂਰਜ ਇਸ ਖਾਲੀ ਥਾਂ ਦੇ ਵਿੱਚ ਅਸੀਂ ਲਿਖਣਾ ਹੈ ਸੂਰਜ ਸੂਰਜ ਦਾ 에 ਬਣ ਗਿਆ ਸੂਰਜ ਚੜ੍ਹਿਆ ਮਿਟਿਆ ਹਨੇਰਾ ਇਸ ਤੋਂ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਜਿਵੇਂ ਕੀ ਤੀਰ ਦਾ ਨਿਸ਼ਾਨ ਲਾ ਕੇ ਦੱਸਿਆ ਗਿਆ ਹੈ ਜਿਸ ਤਰ੍ਹਾਂ ਸਵੇਰਾ हनेरा लागे चागे तो इस असी इस तरह मिलावेंगे हाली पाली इस असी इस तरह मिलावें चार चुफेरा इस असी इस तरह मिलावें इस तो अगला प्रश्न है हेठा लिखे प्रश्न के उत्तर दौ सूरज चढ़न की होंग् है सूरज चढ़िया मिटिया सूरज चढ़नरा दूर हो जाता है कि हूँ है सूरज चढ़नरा दूर हो जाता है सूरज चढ़न की हूँ है सूरज चढ़नरा दूर हो जाता है ਸਵੇਰ ਸਮੇਂ ਹਵਾ ਕਿਹੋ ਜਿਹੀ ਹੁੰਦੀ ਹੈ ਠੰਡੀ ਠੰਡੀ ਹਵਾ ਪਈ ਚੱਲੇ ਤਾਂ ਅਸੀਂ ਇੱਥੇ ਲਿਖਾਂਗੇ ਸਵੇਰ ਸਮੇਂ ਹਵਾ ਠੰਡੀ ਹੁੰਦੀ ਹੈ ਇਸ ਤੋਂ ਅਗਲਾ ਪ੍ਰਸ਼ਨ ਹੈ ਸੁੰਦਰ ਕਰਕੇ ਲਿਖੋ ਤਾਂ ਇਨ੍ਹਾਂ ਸਤਰਾਂ ਨੂੰ ਤੁਸੀਂ ਆਪਣੀ ਪਾਠ ਪੁਸਤਕ ਦੇ ਵਿੱਚ ਸੁੰਦਰ ਕਰਕੇ ਲਿਖਣਾ ਹੈ। ਅਗਲਾ ਪ੍ਰਸ਼ਨ ਹੈ ਰੰਗ ਪਰੂ। ਇਸ ਸੁੰਦਰ ਤਸਵੀਰ ਦੇ ਵਿੱਚ ਤੁਸੀਂ ਆਪਣੀ ਕਲਪਨਾ ਸ਼ਕਤੀ ਨਾਲ ਰੰਗ ਭਰਨਾ ਹੈ। ਜਿਸ ਤਰ੍ਹਾਂ ਕਿ ਪੌਦਿਆਂ ਦੇ ਵਿੱਚ ਤੁਸੀਂ ਹਰਾ ਰੰਗ ਭਰ ਸਕਦੇ ਹੋ, ਪਾਣੀ ਦੇ ਵਿੱਚ ਤੁਸੀਂ ਨੀਲਾ ਰੰਗ ਭਰ ਸਕਦੇ ਹੋ। ਜ਼ਮੀਨ ਦੇ ਉੱਪਰ ਤੁਸੀਂ ਭੂਰਾ ਰੰਗ ਭਰ ਸਕਦੇ ਹੋ। ਸੂਰਜ ਦੇ ਵਿੱਚ ਤੁਸੀਂ ਪੀਲਾ ਰੰਗ ਭਰ ਸਕਦੇ ਹੋ ਅਤੇ ਅਸਮਾਨ ਦੇ ਵਿੱਚ ਤੁਸੀਂ ਅਸਮਾਨੀ ਰੰਗ ਭਰ ਸਕਦੇ ਹੋ। ਇਹ ਹੈ ਤੁਹਾਡਾ ਕਰਦਾ ਕੰਮ। ਇਸ ਨੂੰ ਆਪਣੀਆਂ ਪਾਠ ਪੁਸਤਕਾਂ ਦੇ ਵਿੱਚ ਲਿਖਣ ਤੋਂ ਉਪਰੰਤ ਤੁਸੀਂ ਇਹਨਾਂ ਨੂੰ ਆਪਣੀ ਨੋਟਬੁੱਕ ਦੇ ਵਿੱਚ ਵੀ ਨੋਟ ਕਰਨਾ ਹੈ ਬਹੁਤ-ਬਹੁਤ ਧੰਨਵਾਦ